ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪਿੰਡ ਬੋਪਰਾ ਗੁਰਾਇਆਂ ਦੀਆਂ ਸੰਗਤਾਂ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਮਾਤਾ ਚਿੰਤਪੁਰਨੀ ਜੀ ਦੇ ਮੰਦਰ ਵਿਖੇ ਜਾਣ ਵਾਲੀਆਂ ਸੰਗਤਾਂ ਲਈ ਮਾਂ ਚਿੰਤਪੁਰਨੀ ਰੋਡ ਪਿੰਡ ਮੰਗੂਵਾਲ ਵਿਖੇ 7ਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਬੜੇ ਹੀ ਸਤਿਕਾਰ ਸਹਿਤ ਲੰਗਰ ਛਕਾਇਆ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਦੇਸਰਾਜ ਅਮਰੀਕ ਸਿੰਘ ਢਿੱਲੋਂ, ਸੁਰਿੰਦਰ ਕਾਲੀਆ, ਅਮਰਜੀਤ ਸਿੰਘ ਬੌਬੀ, ਰਾਮ ਲੁਬਾਇਆ ਪੁੰਜ, ਰਜਿੰਦਰ ਸਿੰਘ ਭੋਪਾਲ, ਪ੍ਰਦੀਪ ਕੁਮਾਰ, ਪਵਿੱਤਰ ਸਿੰਘ ਲਸ਼ਕਰ ਸਰਗੁੰਦੀ, ਗੁਰਜੀਤ ਸਿੰਘ ਰਿੰਕੂ, ਹਰਜੀਤ ਸਿੰਘ ਰੀਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਜੈਕਾਰਾ ਸ਼ੇਰਾਂ ਵਾਲੀ ਦਾ, ਜੈ ਮਾਤਾ ਦੀ। ਸਾਵਣ ਮਹੀਨੇ ਦੇ ਨਰਾਤਿਆਂ ਦੇ ਮੇਲੇ ਦੀ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। 7ਵਾਂ ਵਿਸ਼ਾਲ ਭੰਡਾਰਾ ਜੋ ਕਿ ਮੁੱਖ ਪ੍ਰਬੰਧਕ ਸ਼੍ਰੀ ਦੇਸਰਾਜ ਜੀ ਬੋਪਰਾ ਵੱਲੋਂ ਪਿੰਡ ਮੰਗੂਵਾਲ ਮਾਤਾ ਚਿੰਤਪੁਰਨੀ ਰੋਡ ਵਿਖੇ ਲਗਾਇਆ ਜਾਂਦਾ ਹੈ। ਇਸ ਸਾਲ ਵੀ 5, 6, 7, 8 ਅਗਸਤ ਨੂੰ ਸ਼੍ਰੀ ਦੇਸਰਾਜ ਵੱਲੋਂ ਪਿੰਡ ਮੰਗੂਵਾਲ ਵਿਖੇ ਲੰਗਰ ਲਗਾਇਆ ਗਿਆ। ਪਿੰਡ ਬੋਪਰਾਂ ਦੇ ਅਤੇ ਗੁਰਾਇਆਂ ਸੰਗਤ ਨੇ ਬਹੁਤ ਸਹਿਯੋਗ ਦਿੱਤਾ। ਮਹਾਮਾਈ ਦਾ ਕਿਰਪਾ ਕਰੀ ਰੱਖੇ, ਸਾਰਿਆਂ ਨੂੰ 100 ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਗੇ ਤੋਂ ਵੀ ਇਹ ਇਸ ਆਸ ਕਰਦੇ ਹਾਂ ਕਿ ਪਿੰਡ ਬੋਪਰਾਂ ਵਾਲੇ ਗੁਰਾਇਆਂ ਸੰਗਤ ਵੀ ਇਸੇ ਤਰ੍ਹਾਂ ਸਾਡਾ ਸਹਿਯੋਗ ਦਿੰਦੀ ਰਹੂਗੀ। ਜੈ ਮਾਤਾ ਜੀ। ਮੈਂ ਦੇਸਰਾਜ, ਚਿੰਤਪੁਰਨੀ ਰੋਡ ਮੰਗੂਵਾਲ। 5 ਤਰੀਕ ਤੋਂ 8 ਤਰੀਕ ਤੱਕ ਲੰਗਰ ਲਗਾਇਆ ਗਿਆ, ਜਿਹਦੇ ਸਾਧ ਸੰਗਤ ਦੀ ਸਹਿਯੋਗ ਦੇ ਨਾਲ ਲੰਗਰ ਬਹੁਤ ਵਧੀਆ ਜਾਣੀ ਹੋਇਆ, ਵਧੀਆ ਲੱਗਾ, ਵਧੀਆ ਸੰਗਤ ਵੀ ਸਾਰੀ ਆਈ, ਸਹਿਯੋਗ ਵੀ ਸਾਰਿਆਂ ਦਾ ਮਿਲਿਆ ਅਤੇ ਮੇਲੇ ਦੀਆਂ, ਚਿੰਤਪੁਰਨੀ ਮਾਂ ਦੀਆਂ